ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਜੀ ਤੁਸੀਂ ਸਰਵਣ ਕਰੋ ਸੰਤ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲਿਆਂ ਦੇ ਅਨਮੋਲਕ ਤਮਾਏ ਹੋਏ ਬਚਨ ਜੀ। ਗੁਰਬਾਣੀ ਦਾ ਕੀਰਤਨ ਆਪਣੇ ਸਰਵਣ ਕੀਤੇ ਆਨੰਦ ਮਾਣਿਆ, ਜਿੰਨਾ ਸਮਾਂ ਹੋਰ ਸਤਿਗੁਰ ਆਪਾਂ ਨੂੰ ਬਖਸ਼ਦੇ ਨੇ ਸ਼ਾਂਤੀ ਦਾ ਵਾਤਾਵਰਣ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਮਨ ਵਿੱਚ ਰੱਖ ਕੇ ਸ਼ਰਧਾ ਭਾਵਨਾ ਨਾਲ ਬੈਠ ਕੇ ਭਾਈ ਸਾਰੀ ਸੰਗਤ ਬੋਲਿਆ ਕਰੋ, ਆਪੋ ਆਪਣੀ ਵਾਰੀ ਸਿਰ ਰਸਨਾ ਪਵਿੱਤਰ ਕਰਿਆ ਕਰੋ। ਅਕਾਲ ਪੁਰਖ ਵਾਹਿਗੁਰੂ ਨੇ ਜਿਹੜੀ ਸਾਨੂੰ ਸਰੀਰ ਬਖਸ਼ਿਆ ਹੈ, ਤਨ ਬਖਸ਼ਿਆ ਹੈ, ਇਸ ਤਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਧਰਤੀ ਲਿਖਿਆ ਭਾਈ, ਇਹ ਸਰੀਰ ਧਰਤੀ ਹੈ ਜਿਸ ਉੱਤੇ ਆਪਾਂ ਬੈਠੇ ਹਾਂ। ਇਹ ਧਰਤੀ ਹੈ ਉਤ ਭੋਜ, ਫਸਲਾਂ ਬੀਜਣ ਦੀ ਉਤ ਭੋਜ ਕਹਿੰਦੇ ਨੇ ਉਸ ਚੀਜ਼ ਨੂੰ ਜਿਹੜੀ ਧਰਤੀ ਤੋਂ ਉੱਪਰ ਨੂੰ ਉੱਠੇ, ਉਤ ਨਾਮ ਉੱਪਰ ਦਾ, ਭੋਜ ਨਾਮ ਬਾਹਾਂ ਦਾ। ਜਿਹੜੇ ਬੀਜ ਆਪਾਂ ਧਰਤੀ 'ਚ ਬੀਜਦੇ ਹਾਂ ਉਹ ਸਾਰੇ ਧਰਤੀ ਤੋਂ ਉੱਪਰ ਨੂੰ ਉੱਠਦੇ ਨੇ, ਜਿਸ ਕਰਕੇ ਇਹਨਾਂ ਦਾ ਨਾਮ ਬਾਣੀ ਵਿੱਚ ਉਤ ਭੋਜ ਹੈ। ਸਾਰੀ ਬਨਸਪਤੀ ਆਪਣੀਆਂ ਫਸਲਾਂ ਵੀ ਵਿੱਚ ਆ ਗਈਆਂ, ਦਰਖਤ ਵੀ ਵਿੱਚ ਆ ਗਏ। ਇਹ ਧਰਤੀ ਹੈ ਉਤ ਭੋਜ ਬੀਜਣ ਦੀ। ਪਰ ਗੁਰਮੁਖੋ ਜਿਹੜੇ ਸਾਡਾ ਸਰੀਰ ਹੈ ਇਹ ਧਰਤੀ ਹੈ ਕਰਮ ਬੀਜਣ ਦੀ। ਤਨ ਰੂਪੀ ਖੇਤ ਵਿੱਚ ਇਸ ਜੀਵ ਨੇ, ਮਨ ਨੇ ਕਰਮ ਬੀਜਣਾ ਹੈ। ਗੁਰਮੁਖੋ ਵੇਖੋ, ਜਿਹੜੀਆਂ ਜਿਹੜੀਆਂ ਫਸਲਾਂ ਤੁਸੀਂ ਜਿਸ ਖੇਤ ਵਿੱਚ ਬੀਜੀਆਂ ਨੇ ਉਹੋ ਹੀ ਗੁਰਮੁਖੋ ਵੱਢਣੀਆਂ ਨੇ। ਜਿੱਥੇ ਬਰਸੀਣ ਬੀਜੀ ਹੈ ਉੱਥੇ ਕਣਕ ਨਹੀਂ ਵੱਢਾਂਗੇ, ਬਰਸੀਣੇ ਵੱਢਣੀ ਪੈਣੀ ਹੈ। ਜਿੱਥੇ ਵੀ ਗੰਨਾ ਹੈ ਉੱਥੇ ਗੰਨਾ ਹੀ ਹੈ। ਜਿਹੜੀ ਬੀਜ ਬੀਜਾਂਗੇ ਆਪਾਂ ਉਹੀ ਵੱਢਣਾ, ਉਹੀ ਫਲ ਪ੍ਰਾਪਤ ਕਰਨਾ। ਜਿਹਾ ਬੀਓ ਤਿਹਾ ਫਲ ਪਾਇਆ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਗੁਰਮੁਖੋ ਇਹ ਸਰੀਰ ਰੂਪੀ ਧਰਤੀ ਵਿੱਚ ਵੀ ਜਿਹੋ ਜਿਹੇ ਕਰਮ ਰੂਪੀ ਬੀਜ ਬੀਜੇਗਾ ਉਹ ਤੈਨੂੰ ਵੱਢਣੇ ਪੈਣੇ। ਇੱਕ ਹੋਰ ਥੋੜ੍ਹੀ ਜਿਹੀ ਮੁਸ਼ਕਲ ਹੈ, ਤੁਸੀਂ ਇਸ ਪਿੰਡ ਵਿੱਚ ਅੰਬ ਲਾਓ, ਅਮਰੂਦਾਂ ਦਾ ਬਾਗ ਲਾਓ, ਅੰਗੂਰਾਂ ਦੀਆਂ ਬੇਲਾਂ ਲਾ ਲਓ, ਜਦੋਂ ਉਹ ਫਲ ਲੱਗਣਗੇ ਗੁਰਮੁਖੋ ਤੁਹਾਨੂੰ ਹੱਕ ਹੈ, ਅਧਿਕਾਰ ਹੈ ਕਿ ਤੁਸੀਂ ਖੱਟੇ ਅੰਬ ਬਾਹਰ ਸਿੱਟ ਦੋਗੇ ਅਤੇ ਮਿੱਠੇ ਚੂਪ ਲਉਂਗੇ। ਜਿਹੜੇ ਗਲੇ ਹੋਏ ਅਮਰੂਦ ਹੋਣਗੇ ਉਹ ਟੋਕਰੀ ਤੋਂ ਬਾਹਰ ਸਿੱਟ ਦੇਵਾਂਗੇ, ਚੰਗੇ ਚੰਗੇ ਖਾ ਲਵਾਂਗੇ। ਖੱਟੇ ਅੰਗੂਰ ਛੱਡ ਦੇਵਾਂਗੇ ਅਤੇ ਮਿੱਠੇ ਖਾ ਲਵਾਂਗੇ, ਅਧਿਕਾਰ ਹੈ ਨਾ ਆਪਾਂ ਨੂੰ। ਪਰ ਗੁਰਮੁਖੋ ਇੱਕ ਬੇਨਤੀ ਯਾਦ ਰੱਖਿਓ, ਇਹ ਜਿਹੜੇ ਸਰੀਰ ਵਿੱਚ ਆਪਾਂ ਕਰਮ ਦੇ ਬੂਟੇ ਬੀਜਦੇ ਹਨ ਇਹਨਾਂ ਦੇ ਫਲ ਖੱਟੇ ਵੀ ਖਾਣੇ ਪੈਣੇ ਹੈ। ਆਖੋ ਸਤਨਾਮ। ਇਹਨਾਂ ਦੀ ਤੂੰ ਚੋਣ ਨਹੀਂ ਕਰ ਸਕੇਗਾ ਕਿ ਖੱਟੇ ਗਲੇ ਹੋਏ ਬਾਹਰ ਸਿੱਟ ਦੇਵਾਂ ਅਤੇ ਮਿੱਠੇ ਮਿੱਠੇ ਮੈਂ ਖਾ ਲਵਾਂ। ਇਸ ਧਰਤੀ ਦੇ ਬੂਟਿਆਂ ਵਿੱਚੋਂ ਤੈਨੂੰ ਚੋਣ ਕਰਨ ਦਾ ਅਧਿਕਾਰ ਹੈ, ਪਰ ਜਿਹੜਾ ਸਰੀਰ ਰੂਪੀ ਧਰਤੀ ਵਿੱਚ ਤੂੰ ਬੀਜ ਬੀਜਦਾ ਉਹ ਕੌੜੇ ਵੀ ਅਤੇ ਮਿੱਠੇ ਵੀ ਤੈਨੂੰ ਹੀ ਖਾਣੇ ਪੈਣੇ ਆ ਗੁਰਮੁਖਾ। ਭਾਵੇਂ ਹੱਸ ਕੇ ਖਾ ਲਈ, ਭਾਵੇਂ ਰੋ ਕੇ ਖਾ ਲਈ, ਉਹ ਤੇਰੀ ਮਰਜ਼ੀ ਹੈ, ਪਰ ਤੂੰ ਇਹਨਾਂ ਵਿੱਚ ਚੋਣ ਨਹੀਂ ਕਰ ਸਕੇਗਾ। ਤਾਂ ਹੀ ਤਾਂ ਕਬੀਰ ਸਾਹਿਬ ਨੇ ਸੋਹਣੀ ਪੇਂਡੂ ਜੱਟਾਂ ਵਾਲੀ ਗੱਲ ਲਿਖੀ ਹੈ, ਕਬੀਰਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ। ਬੀਜ ਤਾਂ ਬੀਜ ਕੇ ਆਇਆ ਕਿੱਕਰਾਂ ਦੇ, ਅਤੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਦਾਖਾਂ ਲੱਗ ਜਾਣ, ਇਹਨਾਂ ਨੂੰ ਸੌਗੀ ਲੱਗ ਜਾਵੇ। ਕਬੀਰ ਕਹਿੰਦਾ ਹੰਢੈ ਉਨ ਕਤਾਂ ਦਾ, ਕਤਦਾ ਤਾਂ ਫਿਰਦਾ ਸੂਤ ਅਤੇ ਉਨ, ਪਹਿਨਣਾ ਚਾਹੁੰਦਾ ਪਟ ਨਾਮ ਹੈ ਰੇਸ਼ਮ ਦਾ। ਨਹੀਂ ਗੁਰਮੁਖੋ, ਕਬੀਰ ਸਾਹਿਬ ਕਹਿੰਦੇ ਗੁਰਮੁਖ ਜਿਹੜੇ ਬੀਜ ਇਸ ਤਨ ਰੂਪੀ ਧਰਤੀ ਵਿੱਚ ਬੀਜਦੇ ਹੈ ਫਲ ਉਹ ਲੱਗਣੇ ਹੈ। ਕਿੱਥੋਂ ਪਾਲਦੇ ਬਜਾਰੀ ਮੇਰੇ, ਬੀਜ ਬੀਜੇ ਕਿੱਕਰਾਂ ਪਾਲਦੇ ਬਜਾਰੀ ਕਿੱਕਰਾਂ
ਮਹਾਰਾਜ ਸ੍ਰੀ ਆਸਾ ਦੀ ਦੀਵਾਰ ਵਿੱਚ ਪਾਈ ਸਮਝਾਉਂਦੇ ਨੇ ਆਪਾਂ ਨੂੰ ਗੁਰਮੁਖੋ ਜੋ ਜੀ ਹੋਏ ਸੋ ਉਗਵੈ ਮੋਕਾ ਕਹਿਆ ਵਾਓ ਬੀਜੈ ਬਿਖ ਮੰਗੈ ਅੰਮ੍ਰਿਤ ਉਹ ਗੁਰਮੁਖਾ ਇਨਸਾਫ ਕਰ ਸਤਿਗੁਰ ਕਹਿੰਦੇ ਬੀਜਦੇ ਬਿਖ ਤੇ ਮੰਗਦੇ ਅੰਮ੍ਰਿਤ ਇਹ ਜਿਹੜਾ ਸਰੀਰ ਹੈ ਗੁਰਮੁਖੋ ਸਤਿਗੁਰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਰਮ ਬੀਜਣ ਦੀ ਧਰਤੀ ਹੈ ਗੁਰਮੁਖੋ ਇਹਦੇ ਵਿੱਚ ਕਰਮ ਬੀਜਣੇ ਆ ਬੀਜਣੇ ਕਿਹਨੇ ਆ ਮਨ ਨੇ ਮਨ ਹਾਲੀ ਕਿਰਸਾਣੀ ਕਰਨੀ ਸਰੀਰ ਰੂਪੀ ਖੇਤ ਹੈ ਤੇ ਮਨ ਹੈ ਕਿਰਸਾਣ ਹੁਣ ਗੱਭੇ ਇੱਕ ਹੋਰ ਵੀ ਚੀਜ਼ ਚਾਹੀਦੀ ਹੈ ਗੁਰਮੁਖੋ ਤੁਹਾਡੇ ਕੋਲ 5 ਕਿੱਲੇ ਵੀ ਹੋਣ ਤੁਸੀਂ ਮਾਲਕ ਵੀ ਹੋ ਹਲ ਪੰਜਾਲੀ ਬੁਰਦ ਤੇ ਟਰੈਕਟਰ ਵੀ ਤਾਂ ਚਾਹੀਦਾ ਆਖੋ ਸਤਨਾਮ ਬੀਜਣ ਦੇ ਇੰਪਲੀਮੈਂਟਸ ਔਜ਼ਾਰ ਵੀ ਤਾਂ ਚਾਹੀਦੇ ਆ ਟਿਊਬਵੈਲ ਲੱਗਿਆ ਹੋਵੇ ਤਾਂ ਹੀ ਖੇਤ ਬੀਜੋ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਤਨ ਰੂਪੀ ਖੇਤ ਹੈ ਮਨ ਰੂਪੀ ਕਿਰਸਾਨ ਹੈ ਇਹ ਹੱਥ ਪੈਰ ਅੱਖਾਂ ਜੀਭ ਕੰਨ ਗੁਰਮੁਖੋ ਇਹ ਕਿਰਸਾਨੀ ਦੇ ਔਜ਼ਾਰ ਨੇ ਇਹ ਸਾਡੇ ਵਸਤੂਆਂ ਨੇ ਹਰ ਪੰਜਾਲੀ ਜਿਹੜੇ ਤੇਰੇ 10 ਇੰਦਰੇ ਲਾਏ ਨੇ ਮਹਾਰਾਜ ਨੇ ਇਹਨਾਂ ਦੁਆਰਾ ਤੋਂ ਤਨ ਰੂਪੀ ਖੇਤ ਵਿੱਚ ਨਿੱਤ ਬੀਜ ਬੀਜਦੇ ਇੱਥੇ ਤਾਂ 6 ਮਹੀਨੇ ਬਾਅਦ ਬੀਜਦੇ ਹੋ ਨਾ ਇਹ ਸਾਡਾ ਮਨ ਹਰ ਸਮੇਂ ਤਨ ਵਿੱਚ ਬੀਜ ਬੀਜ ਰਿਹਾ ਅੱਖਾਂ ਵੇਖਣ ਨਾਲ ਬੀਜ ਬੀਜਦੀਆਂ ਨੇ ਜੀਭ ਦੇ ਬੋਲਣ ਨਾਲ ਤਨ ਵਿੱਚ ਬੀਜ ਬੀਜਿਆ ਜਾ ਰਿਹਾ ਕੰਨਾਂ ਨਾਲ ਸੁਣਨ ਨਾਲ ਤੇਰੇ ਤਨ ਅੰਦਰ ਬੀਜ ਜਾ ਰਿਹਾ ਗੁਰਮੁਖੋ ਕਿੱਡਾ ਪ੍ਰਮਾਣ ਦਿੱਤਾ ਕਈ ਵਾਰ ਆਪਾਂ ਨੂੰ ਭੁਲੇਖਾ ਲੱਗ ਜਾਂਦਾ ਕਹਿੰਦੇ ਬੜਾ ਬੰਦਾ ਚੰਗਾ ਸੀ ਇਹਨੂੰ ਰੱਬ ਨੇ ਦੁੱਖ ਖਾਤੇ ਦੇ ਦਿੱਤੇ ਇਹ ਤਾਂ ਬੜਾ ਭਲਾ ਮਾਨਸ ਹੈ ਇਹਨੇ ਤਾਂ ਕਦੇ ਮਾੜਾ ਕੰਮ ਨਹੀਂ ਕੀਤਾ ਇਹਨੂੰ ਪਤਾ ਨਹੀਂ ਰੱਬ ਨੇ ਕਿਉਂ ਦੁੱਖ ਦੇ ਦਿੱਤਾ ਨਾਲੇ ਆਪਣਾ ਇੱਕ ਸੁਭਾਅ ਬਣ ਗਿਆ ਵੀ ਜਿੰਨੇ ਮਾੜੇ ਕੰਮ ਕਰਦਾ ਦੁੱਖ ਦਿੰਦਾ ਰੱਬੇ ਦਿੰਦਾ ਕੋਈ ਸਾਧਨਾ ਆਪਾਂ ਤਾਂ ਸਭ ਨੂੰ ਸੁੱਖ ਦਿੰਦੇ ਆ ਵਾਹਿਗੁਰੂ ਕਰੇ ਹੁਣ ਆਪਾਂ ਨੇ ਕਣਕਾਂ ਬੀਜੀਆਂ ਹੈ ਜੇ ਤਾਂ ਨਿਕਲ ਆਇਆ 20-22 ਕੁਇੰਟਲ ਝਾੜ ਫਿਰ ਤਾਂ ਕੰਨੇ ਮੰਡੀ ਵਿੱਚ ਬੈਠ ਕੇ ਪੀ ਕੇ ਚਾਹ ਤੇ ਗੱਲ ਕਰਨੀ ਹੈ ਡਾਇਆ ਪਾਇਆ ਤਾਂ ਯੂਰੀਆ ਪਾਇਆ ਤਾਂ ਨਿਕਲਿਆ ਜੇ ਗੁਰਮੁਖ ਪਿਆਰੇ ਉਹ ਰੱਬ ਨਾ ਕਰੇ ਰਹਿ ਗਿਆ 10 ਕੁਇੰਟਲ ਫਿਰ ਕਹੂਗਾ ਰੱਬ ਨੇ ਦੇਣਾ ਹੀ ਇੰਨਾ ਤਾਂ ਰੱਬ ਨੂੰ ਕਿਹੜਾ ਡਾਇਆ ਮਿਲਦਾ ਉਹਦੇ ਕੋਲ ਕਿਹੜਾ ਟਰੈਕਟਰ ਹੈ ਵਿਚਾਰੇ ਕੋਲ ਆਹ ਟਰੱਕਾਂ ਦੀ ਯੂਨੀਅਨ ਵਿੱਚ ਜਾਈਦਾ ਤੁਸੀਂ ਵੀ ਵੇਖਦੇ ਹੋ ਬੜੇ ਬੜੇ ਮੰਜੇ ਹੁੰਦੇ ਆ 22 ਬੰਦੇ ਇਕੱਠੇ ਹੀ ਬੈਠ ਜਾਂਦੇ ਉੱਪਰ ਉੱਥੇ ਬੈਠ ਕੇ ਫਿਰ ਗੱਲਾਂ ਕਰਦੇ ਨੇ ਸਾਡੇ ਭਾਈ ਜੰਮਿਆ ਕੋਈ ਮੇਰੇ ਵਰਗਾ ਡਰਾਈਵਰ 2.5 ਸਾਲ ਹੋ ਗਏ ਮਰਸਰੀ ਲਈ ਨੂੰ ਦਾਗ ਨਹੀਂ ਪੈਣ ਦਿੱਤਾ ਵਾਹਿਗੁਰੂ ਨਾ ਕਿਤੇ ਕਿਤੇ ਟੱਕਰ ਹੋ ਜਾਵੇ ਫਿਰ ਕਹਿੰਦੇ ਰੱਬ ਨੇ ਕਰਤਾ ਐਕਸੀਡੈਂਟ ਰੱਬ ਦੀ ਨਿਗਾਹ ਕਮਜ਼ੋਰ ਹੈ ਤੇ ਕੋਲ ਕੋਲ ਡਰਾਈਵਿੰਗ ਲਾਇਸੈਂਸ ਹੈ ਤਾਂ ਉਹੀ ਤੁਰਿਆ ਫਿਰਦਾ ਵਿਚਾਰ ਜੇ ਗੱਡੀ ਠੀਕ ਚੱਲਦੀ ਹੈ ਤਾਂ ਮੈਂ ਚਲਾਉਂਦਾ ਜੇ ਐਕਸੀਡੈਂਟ ਹੁੰਦਾ ਰੱਬ ਕਰਦਾ ਵੇਖੋ ਜੇ 22 ਕੁਇੰਟਲ ਨਿਕਲੀ ਹੈ ਤਾਂ ਮੈਂ ਕੱਢੀ ਹੈ 10 ਕੁਇੰਟਲ ਦਿੱਤੀ ਹੈ ਤਾਂ ਰੱਬ ਨੇ ਦਿੱਤੀ ਇਹ ਮੁੰਡੇ ਕੁੜੀਆਂ ਪੜ੍ਹਦੇ ਆ ਤੁਹਾਡੇ ਜੇ ਤਾਂ ਹੋ ਜਾਵੇ ਪਾਸ ਫਿਰ ਤਾਂ ਗੁਆਂਢੀਆਂ ਨੂੰ ਟਿਕਣ ਥੋੜ੍ਹਾ ਦੇਣਾ ਸਾਡਾ ਮੁੰਡਾ ਸਾਡੀ ਕੁੜੀ ਹੈ ਤਾਂ ਬਿਜਲੀ ਚਲੀ ਜਾਂਦੀ ਸੀ ਮੋਮਬੱਤੀ ਨਾਲ ਪੜ੍ਹਦੇ ਰਹੇ ਹੈ ਇਹ ਤਾਂ ਟੈਲੀਵਿਜ਼ਨ ਦੇਖਦੇ ਨਹੀਂ ਕਦੇ ਜੇ ਹੋ ਗਿਆ ਫੇਲ ਕਹਿੰਦੇ ਰੱਬ ਨੇ ਕਰਤੇ ਹਾਂ ਵਿਹਲਾ ਵਿਹਲਾ ਦੇ ਪਰਚੇ ਰੱਬ ਕੱਟਦੇ ਨਾ ਪਾਸਾਂ ਪਾਸਾਂ ਦੇ ਪ੍ਰੋਫੈਸਰ ਕੱਟਦੇ ਪਤਾ ਨਹੀਂ ਕੀ ਸਾਡੀ ਮਤ ਨੂੰ ਹੋ ਗਿਆ ਜਿੰਨੇ ਮਾੜੇ ਕੰਮ ਕਰਦਾ ਉੱਥੇ ਰੱਬ ਰੱਖਿਆ ਵਾ ਵਿਚਾਰਾ ਜਿੰਨੇ ਚੰਗੇ ਕਰਦੇ ਆਪਾਂ ਕਰਦੇ ਬਿਮਾਰੀ ਆ ਜਾਵੇ ਰੱਬ ਨੇ ਦੇ ਦਿੱਤੀ ਰੱਬ ਦੀ ਤੇਰੇ ਨਾਲ ਦੁਸ਼ਮਣੀ ਹੈ ਗੱਲਾਂ ਕਰਨਗੇ ਇਹਨੇ ਇਹ ਤਾਂ ਬੜਾ ਭਲਾ ਮਾਨਸ ਇਹਨੂੰ ਕਿਉਂ ਦੁੱਖ ਆ ਗਿਆ ਲੋ ਸੁਣ ਲਓ ਦੁੱਖ ਕਿਉਂ ਆਉਂਦੇ ਨੇ ਕਈ ਬੀਜ ਐਸੇ ਨੇ ਆਪਣੇ ਕੋਲ ਗੁਰਮੁਖੋ ਅੱਜ ਬੀਜੋ ਮਹੀਨੇ ਬਾਅਦ ਉਹਨੂੰ ਫਲ ਲੱਗ ਜਾਂਦਾ
ਕਈ ਬੀਜ ਐਸੇ ਨੇ ਅੱਜ ਬੀਜੋ 6 ਮਹੀਨੇ ਬਾਅਦ ਫਲ ਲੱਗੂਗਾ ਕਈ ਬੀਜ ਐਸੇ ਨੇ ਅੱਜ ਬੀਜੋ ਸਾਲ ਬਾਅਦ ਫਲ ਲੱਗਦਾ ਹੈ ਕਈ ਬੀਜ ਐਸੇ ਨੇ 6 ਸਾਲ ਬਾਅਦ 10 ਸਾਲ ਬਾਅਦ ਫਲ ਲੱਗਦਾ ਹੈ ਇਹ ਬੀਜਾਂ ਦੀ ਤਸਵੀਰ ਹੈ ਗੁਰਮੁਖੋ ਬੀਜਾਂ ਦਾ ਸੁਭਾਅ ਹੈ ਉਹਨਾਂ ਨੇ ਆਪਣੇ ਸਮੇਂ ਸਿਰ ਪੱਕਣਾ ਹੈ ਇਸੇ ਤਰ੍ਹਾਂ ਆਪਾਂ ਤਨ ਰੂਪੀ ਧਰਤੀ ਵਿੱਚ ਕੁਝ ਬੀਜ ਬੀਜਦੇ ਆ ਜੋ ਨਾਲ ਦੀ ਨਾਲ ਫਲ ਦੇ ਰਹੇ ਨੇ ਕੁਝ ਬੀਜ ਬੀਜਦੇ ਆ ਜੋ 2-4 ਸਾਲ ਬਾਅਦ ਫਲ ਦਨੇ ਤੇ ਆਂਦੇ ਹੁਣ ਕੁਝ ਬੀਜ ਆਪਾਂ ਐਸੇ ਬੀਜ ਲੈਨੇ ਇਸ ਸਰੀਰ ਵਿੱਚ ਉਸ ਬੀਜ ਦੇ ਜੰਮਣ ਦਾ ਸਮਾਂ ਨਹੀਂ ਆਇਆ ਤੇ ਗੁਰਮੁਖਾ ਤੇਰੇ ਜਾਣ ਦਾ ਸਮਾਂ ਆ ਗਿਆ ਸਮਝਣਾ ਪਿਆਰ ਨਾਲ ਜਿਹੜਾ ਪਿਛਲੇ ਜਨਮ ਦਾ ਕਰਮ ਹੈ ਉਹ ਕੀ ਹੁੰਦਾ ਬੀਜ ਨੇ ਤਾਂ ਆਪਣੇ ਟਾਈਮ ਸਿਰ ਜੰਮਣਾ ਲਓ ਹੁਣ ਗੁੱਲੀ ਡੰਡਾ ਗਿਰਨਾ ਤੁਹਾਡੀ ਕਣਕ ਵਿੱਚ ਉਸੇ ਖੇਤ ਵਿੱਚ ਤੁਸੀਂ ਕੱਦੂ ਕਰਨਾ ਮਾਰੀ ਜਾਇਓ ਸੁਹਾਗੇ ਉਹ ਕਹੂਗਾ ਆਪਾਂ ਤਾਂ ਆਰਾਮ ਨਾਲ ਬੈਠੇ ਹਾਂ ਕਣਕ ਦੇ ਨਾਲ ਜੰਮੇਗੇ ਅਜਖੇ ਆਖੋ ਸਤਨਾਮ ਜਮਾ ਲਓ ਉਹਨੂੰ ਉਹਦੀ ਤਸੀਰ ਹੈ ਸਾਲ ਬਾਅਦ ਜੰਮੂਗਾ ਉਸ ਖੇਤ ਨੂੰ ਜੋ ਮਰਜ਼ੀ ਕਰੀ ਜਾਓ ਉਹਨੇ ਹਿਲਣਾ ਹੀ ਨਹੀਂ ਸੌਂਕਾ ਹੁੰਦਾ ਸੀ ਆਪਣੇ ਸਾਲ ਬਾਅਦ ਜੰਮਣਾ ਉਹਨੇ ਜੋ ਮਰਜ਼ੀ ਕਰੀ ਜਾਓ ਬੀਜ ਦੀ ਤਸੀਰ ਹੈ ਕੁਝ ਬੀਜ ਆਪਾਂ ਇਸ ਤਨ ਵਿੱਚ ਐਸੇ ਅਜਗਰ ਪਾਪਾਂ ਦੇ ਬੀਜ ਬੈਠਦੇ ਹਾਂ ਗੁਰਮੁਖੋ ਕਿ ਸਾਡੇ ਜਾਣ ਦਾ ਸਮਾਂ ਆ ਜਾਂਦਾ ਉਸ ਬੀਜ ਦੇ ਜੰਮਣ ਦਾ ਸਮਾਂ ਨਹੀਂ ਆਇਆ ਉਹ ਫਿਰ ਅਗਲੇ ਜਨਮ ਵਿੱਚ ਜੰਮੂਗਾ ਅਜਖੇ ਆਖੋ ਸਤਨਾਮ ਉਹਨੂੰ ਕਹਿੰਦੇ ਪਿਛਲਾ ਕਰਮ ਆਪਾਂ ਨੂੰ ਭੁਲੇਖਾ ਲੱਗ ਗਿਆ ਕਿਉਂ ਹੋ ਗਿਆ ਮੇਰੇ ਨਾਲ ਉਹ ਕਿਉਂ ਦਾ ਅਰਥ ਬਾਣੀ ਵਿੱਚ ਬੀਜਿਆ ਤੂੰ ਹੀ ਸੀ ਪਰ ਡੂੰਘਾ ਬਹੁਤਾ ਬੀਜ ਬੈਠੇ ਦੇਖੋ ਜਦੋਂ ਤੁਸੀਂ ਡਿੱਲ ਕਰਦੇ ਹੋ ਨਾ ਕਣਕ ਗੁਰਮੁਖੋ ਬੀਜ ਵੀ ਉਹੀ ਹੈ ਖੇਤ ਵੀ ਉਹੀ ਹੈ ਬੀਜ ਵੀ ਉਹੀ ਹੈ ਟਰੈਕਟਰ ਵੀ ਉਹੀ ਹੈ ਜੇ ਕਿਤੇ ਥੋੜ੍ਹੀ ਜਿਹੀ ਡਿੱਲ ਲਿਫਟ ਡਾਊਨ ਹੋ ਜਾਵੇ ਨਾ ਹੜਾਈ ਵਿੱਚ ਉਹ ਹੜਾਈ ਦੂਜੇ ਨਾਲੋਂ 3 ਦਿਨ ਬਾਅਦ ਜੰਮਦੀ ਹੁੰਦੀ ਇਸੇ ਤਰ੍ਹਾਂ ਇਸ ਤਨ ਵਿੱਚ ਕੁਝ ਪਾਪਾਂ ਦੇ ਬੀਜ ਆਪਾਂ ਡੂੰਘੇ ਬੀਜ ਬੈਠਦੇ ਜਿਹੜੇ ਫਿਰ ਇਸ ਜਨਮ ਵਿੱਚ ਨਹੀਂ ਜੰਮਣੇ ਉਹਨਾਂ ਨੇ ਆਉਣਾ ਜ਼ਰੂਰ ਹੈ ਕਿਉਂਕਿ ਜਿਹਾ ਬੀਓ ਤਿਹਾ ਫਲ ਪਾਇਆ ਉਹ ਐਸੇ ਬੀਜ ਆਪਾਂ ਬੀਜ ਬੈਠਦੇ ਹਾਂ ਗੁਰਮੁਖੋ ਕਿ ਆਪਾਂ ਨੂੰ ਜਾਣ ਦਾ ਟਾਈਮ ਆ ਗਿਆ ਉਮਰ ਮੁੱਕ ਗਈ ਉਮਰ ਭਾਵੇਂ ਮੁੱਕ ਗਈ ਪਰ ਬੀਜ ਨਹੀਂ ਮੁੱਕਣੇ ਕਦੇ ਵੀ ਜਿਹੜੇ ਤਨ ਰੂਪੀ ਖੇਤ ਵਿੱਚ ਬੀਜ ਬੀਜੇ ਇਹ ਵੇਖ ਲਓ ਤੁਸੀਂ ਜਦੋਂ ਭਰਤ ਪਾਉਂਦੇ ਆ ਨਾ ਖੰਨੇ ਦੀ ਮਿੱਟੀ ਚੱਕ ਕੇ ਲਲੇੜੀ ਗੇਰ ਲਿਓ ਜਿਹੜੇ ਉਸ ਵਿੱਚ ਬੀਜ ਆ ਉਹ ਇੱਥੇ ਵੀ ਜੰਮਣਗੇ ਅਜਖੇ ਆਖੋ ਸਤਨਾ ਉਹ ਮਿੱਟੀ ਉਹ ਬਦਲ ਗਈ ਖੇਤ ਬਦਲ ਗਿਆ ਬੀਜ ਨਹੀਂ ਬਦਲਿਆ ਬੀਜ ਵਿੱਚੇ ਪਿਆ ਇਸੇ ਤਰ੍ਹਾਂ ਤੇਰੇ ਸਰੀਰ ਦਾ